ਬਠਿੰਡਾ ਵਿਖੇ ਪੁਲਿਸ ਨੇ ਇੱਕ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੋਰ ਬਠਿੰਡਾ ਦੇ ਅਲੱਗ ਅਲੱਗ ਬਾਜ਼ਾਰਾਂ ਵਿੱਚ ਮੋਟਰਸਾਈਕਲ ਚੋਰੀ ਕਰਦੇ ਸਨ। ਪੁਲਿਸ ਨੇ ਇਨ੍ਹਾਂ ਚੋਰਾਂ ਤੋਂ 1 ਦਰਜਨ ਤੋਂ ਜ਼ਿਆਦਾ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਚੋਰ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੱਲ ਸ਼ਾਮੀ CIA ਦੀ ਟੀਮ CIA 2 ਦੀ ਟੀਮ ਤਰਜਿੰਦਰ ਸਿੰਘ ਦੀ ਰਹਿਨਮਾਈ ਦੇ ਵਿੱਚ ਇਹਨਾਂ ਦੇ ASI ਗੁਰਪ੍ਰੀਤ ਸਿੰਘ ਦੇ ਇੱਕ ਰਿਕਵਰੀ ਕੀਤੀ ਆ। ਇੱਕ ਅਕਿਊਜ਼ਡ ਫੜਿਆ, ਉਹਦੇ ਕੋਲੋਂ 5 ਮੋਟਰਸਾਈਕਲ ਬਰਾਮਦ ਕੀਤੇ ਆ। ਅਕਿਊਜ਼ਡ ਦਾ ਨਾਂ ਹੈਗਾ ਹਰਜਿੰਦਰ ਸਿੰਘ ਉਰਫ ਨੈਣਾ ਉਰਫ ਜੈਲਾ ਗੁਰਦੇਵ ਸਿੰਘ ਮਜ਼ਬੀ ਸਿੱਖ ਵਾਸੀ ਰਾਏਪੁਰ। ਮੋਟਰਸਾਈਕਲ ਜਿਹੜਾ ਹੈਗੇ ਆ ਇਹਦੇ ਕੋਲ 5 ਮੋਟਰਸਾਈਕਲ ਰਿਕਵਰ ਹੋਏ ਆ। 2 ਪਰਚੇ ਤੇ ਪਹਿਲਾਂ ਦਰਜ ਨੇ ਨਹੀਂ ਵਾਲੇ ਥਾਣੇ ਦੇ। ਇਹਦੀ ਉਮਰ ਹੈਗੀ ਆ ਕਰੀਬ 25 ਸਾਲ। ਹਰਜਿੰਦਰ ਸਿੰਘ ਉਰਫ ਨੈਣਾ ਜਿਹੜਾ ਹੈਗਾ ਹਰ ਰਾਏਪੁਰ ਦਾ ਰਹਿਣ ਵਾਲਾ, ਨਹੀਂ ਵਾਲੇ ਥਾਣੇ 'ਚ ਪਿੰਡ ਪੈਂਦਾ। ਤੁਹਾਡੇ ਨਾਲ ਸੈਕਿੰਡ ਇਨਫੋਰਮੇਸ਼ਨ ਸ਼ੇਅਰ ਕਰਦਾ। ਜਿਹੜੀ ਸਿਵਲ ਲਾਈਨ ਥਾਣੇ ਦੇ ਵਿੱਚ ਚੌਂਕੀ ਇੰਚਾਰਜ ਸੁਖਵੀਰ ਨੇ ਜਿਹੜੇ ਬਰਾਮਦ ਕੀਤੇ ਆ, ਇਹਦੇ ਦੀ ਟੀਮ ਨੇ ਇੰਸਪੈਕਟਰ ਰਸ਼ਪਾਲ ਸਿੰਘ ਮੈਡਮ ਜਿਹੜੀ ਸੁਖਵੀਰ, ਇਹਨਾਂ ਦੀ ਟੀਮ ਨੇ ਕੋਰਟ ਕੰਪਲੈਕਸ ਦੇ ਜਿਹੜੇ ਇੰਚਾਰਜ ਆ ਇਹਨਾਂ ਨੇ ਬਰਾਮਦ ਕੀਤੇ ਆ 10 ਮੋਟਰਸਾਈਕਲ। ਜਿਹੜੇ 4 ਅਕਿਊਜ਼ ਫੜੇ, 3 ਅਕਿਊਜ਼ ਫੜੇ ਆ, 1 ਅਬਸਕਾਂਡਿੰਗ ਆ। ਜਿਹੜੇ 3 ਫੜੇ ਆ ਉਹ ਅਜੇਵੀਰ ਸਿੰਘ ਕੋਟ ਫਤਿਹ ਦਾ, ਹੈਪੀ ਸਿੰਘ ਉਰਫ ਜੱਗੀ ਇਹ ਵੀ ਕੋਟ ਫਤਿਹ ਦਾ, 1 ਮਹਿਕਦੀਪ ਸਿੰਘ ਇਹ ਥਾਂਦੇਵਾਲ ਰੋਡ ਮੁਕਤਸਰ ਦਾ, 1 ਅੰਮ੍ਰਿਤ ਆ ਜਿਹੜਾ ਐਬਸਕਾਂਡਿੰਗ ਆ ਜਿਹੜਾ ਭੱਜਿਆ ਗਿਆ। ਇਹਨਾਂ ਕੋਲੋਂ ਜਿਹੜੇ ਮੋਟਰਸਾਈਕਲ 10 ਬਰਾਮਦ ਹੋਏ ਆ ਉੱਥੇ। ਇਹ ਦੇਖੋ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਹੈਗਾ ਜਿਹੜਾ ਹੈਬਚੁਅਲ ਅਫੈਂਡਰ ਆ, ਜਿਹਦਾ ਅਸੀਂ ਰਿਕਾਰਡ ਕਢਾਇਆ, ਪਰ ਕਿਉਂਕਿ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜਲਦੀ ਅਸੀਂ ਅੱਜ ਪੇਸ਼ ਕਰਾਂਗੇ ਰਿਮਾਂਡ ਦੇ ਉੱਤੇ। ਸਾਨੂੰ ਉਮੀਦ ਆ ਵੀ ਇਹ ਹੈਬਚੁਅਲ ਸੀਗੇ ਬੰਦੇ, ਕੋਈ ਨਾ ਕੋਈ ਇਹਨਾਂ ਕੋਲ ਪਹਿਲਾਂ ਵੀ ਕ੍ਰਾਈਮ ਕਰਦੇ ਆ। ਹਾਂ ਇਹਨਾਂ ਦੇ ਹੈਗੇ ਆ, ਮਹਿਕਦੀਪ 'ਤੇ ਵੀ ਹੈਗੇ ਆ, ਇਹਦੇ ਮੁਕਤਸਰ ਜ਼ਿਲ੍ਹੇ ਦੇ ਵੀ ਹੈਗੇ ਆ। ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਹਰਜਿੰਦਰ ਰਾਏਪੁਰ ਵਾਲਾ, ਇਹਦੇ ਖਿਲਾਫ਼ 2 ਪਰਚੇ ਨਹੀਂ ਵਾਲੇ ਥਾਣੇ ਦੇ ਨਹੀਂ। ਫਿਲਹਾਲ ਸਾਡੇ ਕੋਲ ਜਿਹੜੇ ਇਨਵੈਸਟੀਗੇਸ਼ਨ 'ਚ ਆਏ ਆ ਉਹ ਸਾਰੇ ਸ਼ਹਿਰ ਦੇ ਹੀ ਆ। ਟੋਟਲ ਸਾਡੇ ਕੋਲ ਹੁਣ 15 ਮੋਟਰਸਾਈਕਲ ਆ ਜਿਹੜੇ ਬਰਾਮਦ ਹੋਏ ਆ। ਜਿਹੜਾ ਦੱਸੀ ਜਿਹੜਾ ਇੰਜੈਕਸ਼ਨ ਵਾਸਤੇ